ਬਈ ਸਾਰੇ ਹੀ ਕਬੱਡੀ ਭਰਾਵਾਂ ਨੂੰ ਬੇਨਤੀ ਆ ਵੀ ਮੈਚ ਵਿੱਚ ਆਹ ਕੰਮ ਨਾ ਕਰਿਆ ਕਰੋ, ਜਿਹਦੇ ਕਰਕੇ ਤੁਹਾਨੂੰ ਵੀ ਬਾਅਦ 'ਚ ਪਛਤਾਉਣਾ ਪਵੇ ਵੀ ਤੁਹਾਡਾ ਕੋਈ ਸੱਜਣ ਮਿੱਤਰ ਤੁਹਾਡੇ ਤੋਂ ਦੂਰ ਹੋ ਗਿਆ। ਆਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਨਾ, ਇਹਦੇ ਵਿੱਚ ਰੇਡਰ ਨੇ ਅਜਿਹਾ ਕੁਝ ਕੀਤਾ ਜਾਫੀ ਦੇ ਨਾਲ। ਸੋ ਆਓ ਆਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਈ ਆਹ ਦੇਖੋ, ਕੁੰਡੀਆਂ ਦੇ ਸਿੰਗ ਫਸੇ ਹੋਏ ਆ, ਜਾਫੀ ਵੀ ਤਗੜਾ ਵਾ ਤੇ ਰੇਡਰ ਵੀ ਤਗੜਾ ਵਾ, ਪਰ ਆਹ ਜਿਹੜਾ ਰੇਡਰ ਹੁਣ ਕੰਮ ਕਰਨ ਲੱਗਾ ਨਾ, ਉਹ ਬਹੁਤ ਹੀ ਗਲਤ ਆ। ਆਓ ਦੇਖੋ ਕਿੰਨੀ ਜ਼ੋਰ ਨਾਲ ਸਿਰ ਵੱਜਾ ਵੀਰੇ ਦਾ ਥੱਲੇ, ਉੱਥੇ ਹੀ ਉਹ ਲੰਮੇ ਪੈ ਗਿਆ। ਬਾਕੀ ਸਾਰੇ ਹੀ ਖਿਡਾਰੀ ਆਣ ਕੇ ਰੇਡਰ ਨੂੰ ਕਹਿੰਦੇ ਪਏ ਆ, ਤੂੰ ਜਾਫੀ ਨਾਲ ਗਲਤ ਕੀਤਾ, ਵੀ ਤੈਨੂੰ ਆਹ ਕੰਮ ਨਹੀਂ ਸੀ ਕਰਨਾ ਚਾਹੀਦਾ। ਬਈ ਮੈਂ ਇੱਕ ਵਾਰੀ ਫਿਰ ਆ ਵੀਡੀਓ ਪਲੇ ਕਰਦਾ। ਬਈ ਯਾਰ, ਰੇਡਰ ਨੂੰ ਆਹ ਕੰਮ ਨਹੀਂ ਸੀ ਕਰਨਾ ਚਾਹੀਦਾ, ਆਪਣੀ ਤਾਕਤ ਨਾਲ ਛੁਡਾ ਕੇ ਜਾਂਦਾ ਪਰ ਆਹ ਕੰਮ ਨਾ ਕਰਦਾ। ਹੁਣ ਪਤਾ ਨਹੀਂ ਇਹ ਵੀਰ ਦੇ ਕਿੰਨੀ ਕੁ ਸੱਟ ਲੱਗੀ ਹੋਵੇਗੀ। ਕਈ ਵਾਰ ਇਹੋ ਜਿਹੀਆਂ ਸੱਟਾਂ ਬੰਦੇ ਨੂੰ ਮੰਜੇ 'ਤੇ ਪਾ ਦਿੰਦੀਆਂ ਜਾਂ ਸਦਾ ਲਈ ਬੰਦੇ ਨੂੰ ਦੂਰ ਕਰ ਦਿੰਦੀਆਂ। ਬਈ ਯਾਰ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜੋ ਆਹ ਵੀਰ ਨੇ ਕੰਮ ਕੀਤਾ, ਕੀ ਇਹ ਸਹੀ ਕੀਤਾ ਜਾਂ ਫਿਰ ਗਲਤ ਕੀਤਾ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਜੋ ਕਬੱਡੀ ਸਟਾਰ ਆ, ਜੋ ਕਬੱਡੀ ਖੇਡਦੇ ਆ, ਉਹ ਇਹੋ ਜਿਹਾ ਕੰਮ ਕਦੇ ਨਾ ਕਰਨ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।